ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ, ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਸ਼ੁਕਰੀਆ ਸੁਖਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਮਦ ਸਾਹਿਬ, ਸਭ ਤੋਂ ਪਹਿਲਾਂ ਖਬਰ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਾਫੀ ਰੜਕਿਆ ਜਾ ਰਿਹਾ ਤੇ ਉਹਨਾਂ ਦੇ ਜਿਹੜੇ ਨਾਲ ਦੇ ਨੇ OSD ਨੇ ਉਹ ਤਾਂ ਵੱਡੇ ਖੁਲਾਸੇ ਕਰ ਰਹੇ ਨੇ। ਅਖਬਾਰਾਂ ਨਸ਼ਰ ਕਰ ਰਹੀਆਂ ਨੇ ਕਿ ਕਿਸ ਢੰਗ ਦੇ ਨਾਲ ਜਿਹੜੀ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ ਹੋਇਆ ਸੀ ਇੱਕ ਮੰਤਰਾਲੇ ਨੂੰ। ਅਸਲ ਵਿੱਚ ਕੀ ਹੁੰਦਾ, ਕੋਈ ਵੀ ਖੇਡ ਆ, ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਜਿਹੜੇ ਦਰਸ਼ਕਾਂ ਨੂੰ ਮੇਰੇ ਬੋਲ ਬੁਰੇ ਲੱਗਦੇ ਨੇ, ਕਿਉਂਕਿ ਸੱਚ ਸੁਣਨਾ ਬੜਾ ਔਖਾ ਹੁੰਦਾ ਔਰ ਸੱਚ ਨੂੰ ਹਜ਼ਮ ਕਰਨਾ ਹੋਰ ਵੀ ਔਖਾ ਹੁੰਦਾ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜੇ ਕੋਈ ਉਹਨਾਂ ਨੂੰ ਮੇਰੀ ਗੱਲਬਾਤ ਤੋਂ ਇਤਰਾਜ਼ ਆ ਤਾਂ ਜੋ ਵੀ ਸੰਵਾਦ ਕਰਨਾ ਡਿਸਕ੍ਰਿਪਸ਼ਨ ਵਿੱਚ ਜਾਂ ਥੱਲੇ ਕਮੈਂਟਸ ਵਿੱਚ ਤਾਂ ਸੰਵਾਦ ਕੀਤਾ ਜਾਵੇ, ਉਹਦਾ ਕੋਈ ਹੇਠਲਾ ਪੱਧਰ ਨਾ ਵਰਤਿਆ ਜਾਵੇ, ਕਿਉਂਕਿ ਸੰਵਾਦ ਦਾ ਜਵਾਬ ਦੇਣ ਦਾ ਮੈਨੂੰ ਵੀ ਮਜ਼ਾ ਆਊਗਾ। ਹਾਂ, ਹੁਣ ਆਪਾਂ ਸਵਾਲ ਵੱਲ ਆਉਂਦੇ ਹਾਂ। ਧਰਮਸੋਤ ਇੱਕ ਕਾਂਗਰਸ ਸਰਕਾਰਾਂ ਦੀਆਂ ਪਿਛਲੀਆਂ ਦੋ ਸਰਕਾਰਾਂ ਨਿਕਲੀਆਂ ਨੇ, ਅਮਰਿੰਦਰ ਸਿੰਘ ਦੀ ਤੇ ਚੰਨੀ ਸਾਹਿਬ ਦੀ। ਧਰਮਸੋਤ ਇੱਕ ਐਸੀ ਕਮਜ਼ੋਰ ਖੜੀ ਆ ਜਿਸ ਨੂੰ ਲੁਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਇਸ ਨੂੰ ਮੈਂ ਬਚਾ ਕੇ ਰੱਖ ਲਾਂ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਇੰਨੀ ਕੁ ਕਮਜ਼ੋਰ ਕੜੀ ਆ ਜਿਸ ਦਿਨ ਇਹ ਬੰਦਾ ਪੁਲਿਸ ਦੇ ਹੱਥ ਚੜ ਗਿਆ ਜਾਂ ਇਨਵੈਸਟੀਗੇਸ਼ਨ ਏਜੰਸੀਜ਼ ਦੇ ਹੱਥ ਚੜ ਗਿਆ, ਇਹਨੇ ਸਭ ਕੁਝ ਖੋਲ ਕੇ ਰੱਖ ਦੇਣਾ, ਕਿਉਂਕਿ ਇਹ ਰਾਜਨੀਤੀ ਵਿੱਚ ਅਨਪੜ੍ਹ ਬੰਦਾ ਹੈਗਾ। ਰਾਜਨੀਤੀ ਵਿੱਚ ਅਨਪੜ੍ਹ ਹੋਣਾ, ਗਵਾਰ ਹੋਣਾ, ਉਹ ਨਾਲਦਿਆਂ ਨੂੰ ਵੀ ਮਰਵਾ ਦਿੰਦਾ। ਨਾਲ ਦੇ ਸਮਾਰਟ ਚੋਰ ਸੀ, ਉਹ ਚੋਰੀਆਂ ਇਸ ਤਰੀਕੇ ਨਾਲ ਕਰਦੇ ਸੀ ਕਿ ਫੜੀਆਂ ਨਾ ਜਾਣ, ਪਰ ਇਹ ਉਹਨਾਂ ਦੀ ਗਲਤਫਹਿਮੀ ਆ, ਕਿਉਂਕਿ ਪਬਲਿਕ ਨੂੰ ਸਭ ਪਤਾ ਹੁੰਦਾ ਕਿ ਕੌਣ ਕੀ ਕਰ ਰਿਹਾ। ਧਰਮਸੋਤ ਦੀ ਗੱਲ ਸੁਣ ਲਓ, ਜਿਹੜਾ ਨਾਭੇ ਵਿਚਲਾ ਇਹਨਾਂ ਦਾ ਘਰ ਆ ਜਿੱਥੇ ਰਹਿੰਦੇ ਸੀ, ਇਹ ਇੱਕ ਕਿਰਾਏ ਤੇ ਰਹਿੰਦੇ ਸੀ। ਸੁਣਿਆ ਵੀ ਉਹ ਕਲੋਨੀ ਵੀ ਜਿਹੜੀ ਹੈਗੀ ਆ ਉਹ ਆਥੋਰਾਈਜ਼ਡ ਨਹੀਂ ਹੈਗੀ। ਉਹ ਕਲੋਨੀ ਦੇ ਵਿੱਚ ਅੱਜ ਤੱਕ ਕਈ ਸਾਲ ਹੋ ਗਏ ਕਲੋਨੀ ਕੱਟੀ ਨੂੰ, ਦੂਜਾ ਘਰ ਹੀ ਨਹੀਂ ਬਣਿਆ, ਇੱਕੋ ਹੀ ਘਰ ਬਣਿਆ ਹੋਇਆ ਜਿਹੜਾ ਮਾਡਲ ਘਰ ਬਣਾਉਂਦੇ ਹੁੰਦੇ ਨੇ, ਉਹਦੇ ਵਿੱਚ ਮੰਤਰੀ ਸਾਹਿਬ ਰਹਿੰਦੇ ਨੇ। ਸੋ ਮੰਤਰੀ ਸਾਹਿਬ ਦੇ ਆਪਾਂ ਭਾਵਾਂ ਦਾ ਜਾਂ ਭਾਵਨਾਵਾਂ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਇਹ 2 ਨੰਬਰ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਪਹਿਲੇ ਦਿਨ ਤੋਂ ਹੀ ਤਰਜੀਹ ਦਿੰਦੇ ਨੇ, ਚਾਹੇ ਇਹ ਅਮਲੋਹ ਵਿੱਚ ਰਹੇ ਨੇ, ਚਾਹੇ ਇਹ ਨਾਭੇ ਵਿੱਚ ਰਹੇ। ਦੂਸਰੀ ਗੱਲ, ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਨਾਂ ਦੇ ਏਜੰਟਸ ਨੇ, ਇਹਨਾਂ ਦੇ ਠੇਕੇਦਾਰਾਂ ਨੇ, ਜੋ ਵੀ ਪੁਲਿਸ ਦੇ ਸਾਹਮਣੇ ਮੰਨੀਆਂ ਨੇ ਗੱਲਾਂ, ਉਹ ਜੋ ਸਾਹਮਣੇ ਆ ਰਹੀਆਂ ਨੇ ਨਾ ਸੁਖਵਿੰਦਰ ਜੀ, ਉਹ ਬਹੁਤ ਥੋੜੀਆਂ ਆ ਰਹੀਆਂ ਨੇ। ਗੱਲਾਂ ਬਹੁਤ ਵੱਡੀਆਂ ਨੇ, ਜੋ ਵੱਡੀਆਂ ਗੱਲਾਂ ਸਾਡੇ ਸਾਹਮਣੇ ਉਦੋਂ ਆਉਣਗੀਆਂ ਕਿਉਂਕਿ ਪੁਲਿਸ ਵਾਲੇ ਵੀ ਡਰਦੇ ਨੇ ਜੋ ਉਹ ਗੱਲਾਂ ਦੱਸ ਰਹੇ ਨੇ, ਕਿਉਂਕਿ ਇਹਨਾਂ ਨੇ ਉਹ ਜਿਹੜੀ ਹਲੇ 2-4 ਲੱਖ ਵਾਲੀਆਂ ਗੱਲਾਂ ਆ ਰਹੀਆਂ ਕਿ ਬਦਲੀ ਦਾ ਇੰਨੇ ਲੱਖ ਲੱਗਦਾ ਸੀ, ਆਪਣਾ ਜਿਹੜੀ ਪੰਜਾਬ ਦੇ ਵਿੱਚ ਬਦਲੀ ਹੁੰਦੀ ਆ ਉਹਦਾ ਇੰਨੇ ਲੱਖ, ਹਿਮਾਚਲ ਵਾਲੀ ਪਹਾੜੀ ਵਾਲੀ ਸੈਕਸ਼ਨ 4 ਵਾਲੀ ਦਾ ਇੰਨੇ ਲੱਖ, DFO ਦੀਆਂ, ਉਹ ਬਹੁਤ ਛੋਟੀਆਂ ਗੱਲਾਂ ਨੇ। ਅਸਲੀ ਤਾਂ ਇਹ ਤਾਂ ਟਿਪ ਆਫ ਆਈਸਬਰਗ ਆ, ਸਮੁੰਦਰੀ ਬਰਫ਼ ਦੇ ਤੋਦੇ ਦਾ ਉੱਪਰਲਾ ਹਿੱਸਾ। ਜਿਹੜੇ ਅਸਲੀਆਂ ਗੱਲਾਂ ਦੱਸ ਰਹੇ ਨੇ ਉਹ ਤਾਂ ਪੁਲਿਸ ਵਾਲੇ ਸਾਹਮਣੇ ਨਹੀਂ ਆਉਣ ਦੇ ਰਹੇ, ਕਿਉਂਕਿ ਉਹਦੇ ਵਿੱਚ ਨਾਲ ਦੀਆਂ ਵੱਡੀਆਂ ਮੱਛੀਆਂ ਦੇ ਨਾਮ ਲਏ ਜਾ ਰਹੇ ਨੇ। ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਜ਼ਰੂਰ ਨਾਮ ਲਏ ਜਾ ਰਹੇ ਹੋਣਗੇ, ਪਰ ਹਲੇ ਉਹ ਏਜੰਸੀਆਂ ਇਸ ਕਰਕੇ ਨਹੀਂ ਕੱਢ ਰਹੀਆਂ ਕਿਉਂਕਿ ਇੱਕ ਤਾਂ ਏਜੰਸੀਆਂ ਉਹਨਾਂ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹ ਪੁਖਤਾ ਨਹੀਂ ਹੁੰਦੀਆਂ, ਕਿਉਂਕਿ ਜਦੋਂ ਤੱਕ ਸਬੂਤ ਨਾ ਮਿਲ ਜੇ। ਤੁਸੀਂ ਦੇਖੋ, ਜਦੋਂ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਇਹਨੂੰ ਰਾਤ ਨੂੰ ਚੱਕਿਆ ਕਿਸ ਚੀਜ਼ ਦੇ ਉੱਪਰ ਆ, ਇੱਕ ਬੰਦੇ ਦੇ ਬਿਆਨ ਦੇ ਉੱਪਰ। ਤੁਸੀਂ ਜਦੋਂ ਕਿਸੇ ਦੇ ਬਿਆਨ ਦੇ ਉੱਪਰ ਚੱਕਿਆ, ਉਹਦੇ ਸਬੂਤ ਮਿਲੇ ਨਹੀਂ ਤੇ ਕੱਲ ਨੂੰ ਕੋਰਟ ਵਿੱਚ ਉਹਦਾ ਕੇਸ ਆ ਜਿਹੜਾ ਉਹ ਖਾਰਜ ਹੋ ਸਕਦਾ ਹੈਗਾ, ਉਹਦੇ ਤੇ ਸਰਕਾਰ ਦੀ ਫਜ਼ੀਹਤ ਵੀ ਹੋ ਸਕਦੀ ਆ। ਪਰ ਜਿਵੇਂ ਪੁਲਿਸ ਨੇ ਰਿਮਾਂਡ ਲੈ ਲਿਆ, ਹੁਣ ਕਾਫੀ ਸਬੂਤ, ਹਲੇ ਤੱਕ ਦੇਖੋ ਗਵਾਹ ਬੋਲ ਰਹੇ ਨੇ, ਜਦੋਂ ਸਬੂਤ ਸਾਹਮਣੇ ਆ ਜਾਣਗੇ ਅਸਲੀ ਸਜ਼ਾਵਾਂ ਇਹਨਾਂ ਨੂੰ ਉਦੋਂ ਹੋਣੀਆਂ ਨੇ। ਸਬੂਤ ਇਕੱਠੇ ਕਰਨਾ ਬੜੇ ਜ਼ਰੂਰੀ ਨੇ। ਹਾਂ, ਮੈਂ ਹੈਰਾਨ ਇਸ ਗੱਲ ਤੋਂ ਆ ਕਿ ਜਿਹੜੀ ਚੀਜ਼ ਦੇ ਸਬੂਤ ਧਰਮਸੋਤ ਦੇ ਖਿਲਾਫ ਆਲਰੇਡੀ ਸਰਕਾਰ ਦੇ ਕੋਲੇ ਪਏ ਨੇ, ਵਿਜੀਲੈਂਸ ਨੇ ਇਨਕੁਆਇਰੀ ਕਰਕੇ ਫਾਈਲਾਂ ਮੁੱਖ ਮੰਤਰੀ ਦੇ ਦਫ਼ਤਰ 'ਚ ਰੱਖੀਆਂ ਹੋਈਆਂ, ਉਹ ਮੁੱਖ ਮੰਤਰੀ ਨੂੰ ਫਾਈਲਾਂ ਕਿਉਂ ਨਹੀਂ ਦਿਖਦੀਆਂ? ਵੀ ਜਿਹੜਾ ਇਹ ਸਕਾਲਰਸ਼ਿਪਾਂ ਦੀ ਗੱਲ ਹੋ ਰਹੀ ਆ, ਵੀ ਸੈਂਕੜੇ ਕਰੋੜ ਰੁਪਈਆ, 60 ਕਰੋੜ ਦਾ ਸਾਹਮਣੇ ਆ ਗਿਆ ਸੀ, ਔਰ 60 ਕਰੋੜ ਦੀ ਗੱਲ ਨਹੀਂ ਸੀ, ਉਹ 100-150 ਕਰੋੜ ਤੋਂ ਉੱਪਰ ਦੀ ਗੱਲ ਸੀ, ਔਰ ਉਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਸੀ। ਧਰਮਸੋਤ ਤੋਂ ਪਹਿਲੇ ਵੀ ਜਿਹੜੇ ਮੰਤਰੀ ਸੀਗੇ ਸਮਾਜਿਕ ਨਿਆਂ ਵਾਲੇ, ਉਹਨਾਂ ਉੱਤੇ ਵੀ ਉਹ ਗੱਲ ਆ ਸਕਦੀ ਆ। ਹਲੇ ਸਿਰਫ ਗੱਲ ਜਿਹੜੀ ਮੀਡੀਆ ਵਿੱਚ ਆ ਰਹੀ ਆ वो धर्मसोत दे सिर्फ जंगलात मंत्री वाली गल्लां आ रही ने, पर मैं कहना भी धर्मसोत का एको ही बंदा ना, उहदे कोले मंत्रालय दो सी ते दूसरे मंत्रालय दी जे रिपोर्टां साबित हो जावियां विजिलेंस वालों सारा काम करके ओह जिहड़ी फाइल नूं मुख्यमंत्री पंजाब ने दबिया सी अपने प्रिंसिपल सैकटरी नूं डिप्टी प्रिंसिपल सैकटरी नूं कह के ओह फाइलां दबाइयां सीगियां, उहनां नूं क्यों नहीं कढदे? वो तो सारे सबूत पाए ने। सो मुख्यमंत्री की इंटेंशन के उपर मैनूं इस करके चिंता हो रही है कि जिहड़ी गल मैं कह रहा कि आम आदमी पार्टी की निंदा करना साडी कोई पॉलिसी नहीं हैगी या सानूं कोई शौक नहीं हैगा, पर असीं कहना भी जदों काम करना जी लोगों का भला करना तो लोगों का भला करो, सिर्फ शोहरत की पॉलिटिक्स ना करो। जे तुसीं धर्मसोत नूं कड़के च लेना ही है तो फिर वो केस भी तो नाल जोड़ो, ये जिहड़ा दलित बच्चों दियां माइनॉरिटी के बच्चों दियां स्कॉलरशिप आईयां होईयां खा गए ने, प्राइवेट कॉलेजों के रल के प्राइवेट ITI के रल के किन्ने पैसे खाधे गए ने, करोड़ों रुपये ने, और प्राइवेट ITI नोटिफिकेशन भी होए ने पंजाब सरकार वालों कि जेडे जाली खाते तुसी बनवाए सीगे या जाली आधार कार्ड या जो भी कागज ला के तुसी बनाए थे, उन्होंने रिकवरी के नोटिस तक भी जा चुके ने। वो असी पंजाबनामा के उपर पूरा वीडियो भी बना के पाया होया, पर मैं कहना भी उहदे ते सरकार क्यों नहीं काम कर रही है? धर्मसोत ने तो बड़ा कुछ ओपन छड्डिया होया, वो जिहड़ियां चीज़ां ओपन खड़ियां पईयां ने उन्हां नूं सरकार हथ नहीं फड़ रही, जिहड़े वो बंदे फड़े ने सिर्फ बोल रहे ने, उहनां दे सबूत हले आउणे बाकी ने, उहदे ते काम कर रही है। मेरी बेनती है यार कि धर्मसोत वर्गे बंदे नूं जे प्रॉपरली सरकार ग्रिल कर ले, प्रॉपरली सबूत इकट्ठे कर ले, तां इह वो कमजोर कड़ी आ जिहदे तों पूरी दी पूरी जिहड़ी कांग्रेस दी लंघियां सरकारां ने दो ਉਹ ਢਿੱਕੇ ਜਾ ਸਕਦੀਆਂ ਨੇ, ਸਬੂਤਾਂ ਸਮੇਤ ਢਿੱਕੇ ਜਾ ਸਕਦੀਆਂ ਨੇ। ਹੋ ਸਕਦਾ ਇਸੇ ਕਰਕੇ ਜਿਹੜੇ ਉਹ ਕੱਲ ਜਾ ਕੇ ਮੁੱਖ ਮੰਤਰੀ ਦੇ ਹੱਥ 'ਚ ਬੈਠੇ ਕਾਂਗਰਸੀ, ਉਹ ਗਏ ਕਾਹਦੇ ਲਈ ਸੀ? ਫਿਰ ਕਹਿੰਦੇ ਸੀ ਧਰਨਾ ਧਰਮਸੋਤ ਲਈ ਲਾਉਣ ਨਹੀਂ ਸੀ ਆਏ, ਫਿਰ ਹੋਰ ਕਿਹੜੇ ਲਈ ਗਏ ਸੀਗੇ? ਬਈ ਕੋਈ ਉਹ ਕਹਿੰਦੇ ਅਸੀਂ ਕਾਨੂੰਨ ਵਿਵਸਥਾ ਦਾ ਜਿਹੜੀ ਮਾੜੀ ਹਾਲਤ ਆ ਉਹਨੂੰ ਲੈ ਕੇ ਗਏ ਸੀ, ਤੇ ਫਿਰ ਉਹਨਾਂ ਨੂੰ ਯਾਦ ਉਦੋਂ ਹੀ ਆਇਆ ਕਾਨੂੰਨ ਵਿਵਸਥਾ ਜਦੋਂ ਧਰਮਸੋਤ ਅੰਦਰ ਹੋ ਗਿਆ। ਕਾਨੂੰਨ ਵਿਵਸਥਾ ਤਾਂ ਫਿਰ ਗੱਲ ਤਾਂ ਪਹਿਲੇ ਦਿਨ ਤੋਂ ਵਿਗੜੀ ਹੋਈ ਹੈ ਜਦ ਦਾ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ, ਅੱਜ 3 ਮਹੀਨੇ ਹੋ ਗਏ ਨੇ, ਤੇ ਫਿਰ ਕਾਨੂੰਨ ਵਿਵਸਥਾ ਤਾਂ ਉਦੋਂ ਦੀ ਉਹ ਵਿਗੜੀ ਹੋਈ ਆ। ਅੱਜ ਕਾਂਗਰਸ ਵਾਲਿਆਂ ਨੂੰ ਕਿੱਥੋਂ ਯਾਦ ਆ ਗਿਆ ਜਦੋਂ ਧਰਮਸੋਤ ਅੰਦਰ ਹੋ ਗਿਆ? ਡਰ ਤਾਂ ਆਪਦਾ ਸਤਾ ਰਿਹਾ ਨਾ ਕਿ ਜਿਹੜੇ ਨਾਲ ਦੇ ਮੰਤਰੀ ਬਣੇ ਸੀ, ਅੱਜ ਜਿਹੜੇ ਬੰਦੇ ਕੋਠੀਆਂ ਦੇ ਜਿਹੜੀਆਂ ਦੇ ਅੰਦਰ ਬੈਠੇ ਸੀ, ਉਹਨਾਂ ਕੋਠੀਆਂ ਦੇ ਬਾਹਰ ਦਰੀਆਂ ਵਿਛਾ ਕੇ ਧਰਨਾ ਲੱਗ ਰਿਹਾ। ਤੁਸੀਂ ਦੇਖੋ ਲੋਕਤੰਤਰ ਦੀ ਖੇਡ ਦੇਖੋ, ਅੱਜ ਉਹ ਬੰਦੇ ਬਾਹਰ ਬੈਠ ਕੇ ਧਰਨੇ ਲਾ ਰਹੇ ਨੇ, ਪਰ ਉਹਨਾਂ ਨੂੰ ਡਰ ਇਹੀ ਸਤਾ ਰਿਹਾ ਕਿ ਜੇ ਧਰਮਸੋਤ ਬੋਲ ਪਿਆ, क्योंकि उन्हें बड़ी छेती टुट जाना, उहदे तो बर्दाश्त नहीं होनी सकता ये पुलिस की जिवें वो साइकोलॉजिकली ग्रिल करते हैं पुलिस वाले। मैं 3rd डिग्री की गल नहीं कर रहा, अजकल बड़िया टेक्नीक्स आ गई ने, माइंड गेम्स आ गई ने जिहदे नाल बंदा टुट जाता। सो धर्मसोत कमजोर कड़ी आ, उहने टुट जाना, उहदे ते प्रॉपरली इन्वेस्टिगेशन सरकार कर ले ते इह ओह धागा होएगा जिहड़ा पूरे दे पूरे भ्रष्टाचार दे पिन्ना जिहनूं आपां गोला कहने होने ना, पतंग चढ़ाउने हुंदे आ, ਉਹ ਪਿੰਨਾ ਡੋਰ ਦਾ ਹੁੰਦਾ, ਉਹ ਪੂਰਾ ਪਿੰਨਾ ਹੱਥ 'ਚ ਆ ਸਕਦਾ, ਇਹ ਉਹ ਸਿਰਾ ਬਣ ਸਕਦਾ। ਪਰ ਮੈਂ ਕਹਿੰਦਾ ਕਿ ਸਰਕਾਰ ਸਿਰਫ ਰਾਜਨੀਤੀ ਕਰ ਰਹੀ ਆ, ਸੰਗਰੂਰ ਚੋਣ ਜਿੱਤਣ ਲਈ ਕਾਂਗਰਸ ਨੂੰ ਥੱਲੇ ਲਾਉਣਾ ਸੀਗਾ ਉਹ ਕੰਮ ਕਰ ਰਹੀ ਆ। ਜੋ ਵਾਕਈ ਸੀਰੀਅਸ ਆ, ਜੇ ਵਾਕਈ ਉਹ ਚਾਹੁੰਦੀ ਆ ਕਿ ਲੋਕਾਂ ਦਾ ਭਲਾ ਹੋਵੇ ਤੇ ਭ੍ਰਿਸ਼ਟਾਚਾਰੀਆਂ ਦੇ ਜਿਹੜੇ ਚਿਹਰੇ ਨੇ ਉਹ ਬੇਨਕਾਬ ਹੋਣ, ਤਾਂ ਉਹ ਵੀ ਜਿਹੜਾ ਉੱਥੇ ਫਾਈਲ ਹੋਇਆ ਪਿਆ ਸੋਸ਼ਲ ਸਿਕਿਉਰਿਟੀ ਦੇ ਵਿੱਚ, ਸੋਸ਼ਲ ਜਸਟਿਸ ਦੇ ਵਿੱਚ, ਉਹ ਫਾਈਲਾਂ ਵੀ ਕਢਾਵੇ ਨਾ। ਉਹ ਤਾਂ ਮੁੱਖ ਮੰਤਰੀ ਦੇ ਅਫਸਰ 'ਚ ਪਈਆਂ ਨੇ, ਵਿਜੀਲੈਂਸ ਵੱਲੋਂ ਇਨਕੁਆਇਰੀ ਰਿਪੋਰਟ ਹੋ ਕੇ ਜਾ ਚੁੱਕੀ ਆ, ਉਹਦੇ ਤੇ ਕੰਮ ਕਿਉਂ ਨਹੀਂ ਕਰ ਰਹੇ? ਮੁੱਖ ਮੰਤਰੀ ਸਾਹਿਬ ਜਵਾਬ ਦੇਣ, ਔਰ ਨਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਅੰਨੇ ਭਗਤ ਨੇ ਉਹ ਜਵਾਬ ਦੇਣ ਕਿ ਉਹਦੇ ਤੇ ਕੰਮ ਕਿਉਂ ਨਹੀਂ ਕਰਵਾ ਰਹੇ, ਉਹਦੇ ਤੇ ਕਰਵਾਓ ਨਾ ਕੰਮ। ਫਿਰ ਸੁਖਵਿੰਦਰ ਜੀ, ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਧਰ ਉਧਰ ਤੰਜ ਕੱਸੇ ਜਾਂਦੇ ਨੇ ਤਾਂ ਸਵਾਲ ਤਾਂ ਉੱਠਣਗੇ ਨਾ ਕਿ ਤੁਸੀਂ ਜੇ ਦੂਜਿਆਂ ਤੇ ਬੋਲਦੇ ਹੋ ਤੇ ਆਪਣੀ ਮੰਜੀ ਥੱਲੇ ਵੀ ਸੋਟਾ ਮਾਰ ਲੈਣਾ ਚਾਹੀਦਾ। ਮੈਂ ਸਮਝ ਸਭ ਅਗਲੀ ਗੱਲ ਕਰਾਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚਹੇਤੇ ਨੂੰ ਵੀ ਕਹਿੰਦੇ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ। ਮਸਲਾ ਨਜਾਇਜ਼ ਮਾਈਨਿੰਗ ਦਾ, ਪਹਿਲਾਂ ਉਹਨਾਂ ਦਾ ਭਾਣਜਾ ਹਨੀ ਜਿਹੜਾ ਉਹ ਈਡੀ ਦੀ ਗ੍ਰਿਫਤ 'ਚ ਹੈ ਤੇ ਹੁਣ ਇਧਰੋਂ ਵਿਜੀਲੈਂਸ ਨੇ ਸ਼ਾਇਦ ਚੁੱਕਿਆ ਪੰਜਾਬ ਦੀ। ਦੇਖੋ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਦੋਂ ਚੰਨੀ ਦੇ ਭਾਣਜੇ ਨੂੰ ਫੜਿਆ, ਕਿੰਨੇ ਪੈਸੇ ਨਗਦ ਬਰਾਮਦ ਹੋਏ, ਉਦੋਂ ਪਤਾ ਲੱਗਦਾ ਸੀ ਕਿ ਇਹ ਬਹੁਤ ਵੱਡਾ ਇੱਕ ਕੁਨਬਾ ਹੈਗਾ ਭ੍ਰਿਸ਼ਟਾਚਾਰੀ ਦਾ। ਚਮਕੌਰ ਸਾਹਿਬ ਤੋਂ MLA ਆ, ਹੁਣ ਉਹ ਚਮਕੌਰ ਸਾਹਿਬ ਤੋਂ ਜਿਹੜਾ ਠੇਕੇਦਾਰ ਇਕਬਾਲ ਉਹ ਰੋਪੜ ਪੁਲਿਸ ਦੇ ਹੱਥ ਲੱਗਿਆ ਤੇ ਉਹ ਜਿਹੜੀ ਖੱਡ ਹੈਗੀ ਆ ਉਹ ਫੋਰੈਸਟ ਡਿਪਾਰਟਮੈਂਟ ਦੇ ਅੰਡਰ ਪੈਂਦੀ ਆ, ਔਰ ਇਹ ਖੱਡ ਵਿੱਚੋਂ ਇੰਨੀ ਨਜਾਇਜ਼ ਮਾਈਨਿੰਗ ਕੀਤੀ ਆ ਕਿ ਇੱਕ ਸਕੀਮ ਤਹਿਤ ਜਿਹੜੇ ਸੈਂਕੜੇ ਲੱਖਾਂ ਪੌਦੇ ਲਾਏ ਗਏ ਸੀ ਨਾ ਸਾਡੇ ਜੰਗਲਾਂ ਨੂੰ ਦੁਬਾਰਾ ਖੜਾ ਕਰਨ ਲਈ, ਉਹ ਬਰਬਾਦ ਕਰਤੇ ਇਹਨਾਂ ਨੇ। ਔਰ ਜਦੋਂ ਵੀ ਉਸ DFO ਨੇ ਸ਼ਿਕਾਇਤ ਕੀਤੀ, ਉਹਦੀ ਬਦਲੀ ਕਰਤੀ। ਮਜੀਠੀਆ ने भी गल काफ़ी चक्की सी, ਚੱਡਾ साहब ने भी गल काफ़ी चक्की सी, पर गल तो ਉਹੀ ਆ ना कि ਜਿਹਦੀ ਕੁਰਸੀ ਉਹਦੇ ਰਿਸ਼ਤੇਦਾਰ, ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ, ਤੇ ਉਹੀ ਆ ਵੀ ਸਾਡੀ ਮਰਜ਼ੀ ਚੱਲੂਗੀ। ਅੱਜ ਧਰਮਸੋਤ ਅੰਦਰ ਆ, ਚੰਨੀ ਉੱਤੇ ਈਡੀ ਦੇ ਵਾਰ-ਵਾਰ ਪੁੱਛ ਕੇ ਛੋਰੀ ਆ, ਇਹ ਬੰਦੇ ਦਾ ਫੜਿਆ ਜਾਣਾ। ਮੈਂ ਕਹਿਣਾ ਕਿ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਭ੍ਰਿਸ਼ਟਾਚਾਰੀ ਹਾਸ਼ੀਏ ਵਿੱਚ ਆ ਰਹੇ ਨੇ, जिन्ना चाहे भाजपा कर रही है, ईडी कर रही है, चाहे वो आप कर रही है। पंजाब तो तंग होया हुआ भ्रष्टाचारियों तो, वो चाहे कांग्रेसी आ, चाहे अकाली दल आ, चाहे भाजपा ही आ, चाहे आप वाला हैगा। भ्रष्टाचारी ना सिर्फ हाशिए में आने चाहिए ने, बल्कि उन्होंने सजावां मिलनियां अति जरूरी ने, क्योंकि जदों तक सजावां नहीं मिलनगियां उदों तक काम दोबारा ठीक नहीं होने। पर इत्थे सुखविंदर जी मैं एक बड़ी गल खास इनवर्टेड कॉमे च कहूँगा कि उस वेले जंगलात महकमे दे विच या चन्नी दे ईडी महकमे उहदे विच माइनिंग महकमे विच जिहड़ा आईएएस अफसर मेन सी ना, जो पंजाब सरकार दा नुमाइंदा सी, जिहदे साइनां दे उपर सारा कुछ हुंदा सी, वो भी इहदा बराबर दा जिम्मेवार आ, क्योंकि ओहदी नज़र विच ही सारा कुछ होया। मैं जे गलत कह रहा तां तुसीं मैनूं टोक सकदे हो। वो आईएएस अफसर नूं क्यों जाण दित्ता जांदा? सिर्फ मंत्रियां दे उपर गाज क्यों डिग्री आ? जंगलात महकमा, माइनिंग महकमा उस वेले दे प्रिंसिपल सैकटरी या सैकटरी है जिहड़ा भी आईएएस लॉबी दे विच वड़ी हुई है। भ्रिष्टाचार की प्लानिंग सारा कुछ वही लोग करते हैं, उन्होंने भी जद विच लैके आ जाए, उन्हों के उपर भी बराबर इनकुआरियां बिठाई जानिया चाहिए ने। और जे ठेकेदार सिर्फ पॉलिटिशियंस का नाम लेंदे ने, पर वो ये नहीं दसदे कि इन्हों किवें अपना जद विच लैके आ जाए। पर मेरे हिसाब नाल पूरे का पूरा कुनबा जिम्मेवार आ, चाहे वो आईएएस आ, चाहे वो मंत्री रहा पुराना। जे उन्हें ठगियां मारियां तो रल के बजदियां ने, कला एक बंदा मार नहीं सकता। सुखविंदर जी जी अगली गल आप जे पंजाब सरकार दी करिए, एक तो अगों इन्होंने बजट पेश करना है, इधर 9,000 करोड़ रुपया कहते 3 महीनों के विच कर्जा चक लिया, तो वो ब्याज जी उदों भी वध है। मतलब इस हिसाब नाल तो साल के अंदर अंदर ही तकरीबन 50,000 करोड़ तक कर्जा पहुँच जाना, जो 3 लाख कहते 3.5 4 तक पहुँच जाना। देखो भगवंत मान ने जे 9,000 का कर्जा चुकया तो जिहड़ा दुरपिट्टे मूँह कहना बनता वो अकाली दल, भाजपा ते कांग्रेस नूं कहना बनता, क्योंकि 20 साल राज उन्हां दा रहा और उन्होंने ये चीज़ सोचे ही नहीं कि जिहड़ी कर्जे की किश्त वड्डी हुंदी जा रही आ, ब्याज की किश्त वड्डी हुंदी जा रही आ, ओह अगे पंजाब किवें भरूगा। अज पंजाब ने अक के जे 92 सीटां भगवंत मान नूं दित्तियां ने, वो इसे करके दित्तियां ने कि सानूं इस दलदल चों, इस डुबदी बेड़ी नूं पार लाओ, क्योंकि दलदल चों निकलना बड़ा औखा, ते जे समुंदर विच बेड़ी डुब गई उत्थों भी तैर के किनारे आउणा बहुत औखा हैगा। तो भगवंत मान ते आस रखी आ, इन्हां ने 9,000 करोड़ लैके 3 महीने चलाए ने, जिहदे विच बहुता हिस्सा तां वो ब्याज दी किश्त मोड़न ते लंघ गया। करजे दी किश्त नहीं, करजे दी किश्त उपर पैंदे ब्याज दी किश्त देण दे उपर ही पैसे लग जांदे ने, जे किश्त देण लग गए फिर तां काम हो गया। खैर गल ये सी कि सरकार ने हले नवें अपने हत्थां 'च पावर आई आ, ते उन्होंने हले 3 महीने लिए एक छोटा जिहा बजट पास कीता सी, उहदे लई सारा कुछ होया सी। सो मैं हले इहदे ते टिप्पणी नहीं करना चाहांगा, क्योंकि टिप्पणी उदों बनूगी जदों ये बजट पेश करनगे और उह बजट दे नतीजे आउण लगणगे। बजट पेश होण तों बाद जिहड़ा तिमाही आएगा ना नतीजा, उह असली इन्हां दा अंक सूचक बनेगा आप सरकार दा। हले तो इन्हों का यह आ भी इन्हों के आने तो बाद पेट्रोल दी कीमतां भी सस्तियां हो गई, तो पेट्रोल वाला मालिया भी घट गया, तो शराब के ठेके टुट गए, वह भी मालिया घट गया। हुण कहंदे ने भी शराब जो असीं 9,000 करोड़ रुपया सालाना कमावांगे, तो आप देखते हाँ भी जे यह तिमाही 2,500 करोड़ रुपया शराब चों कढ लैंदे ने, तां फिर वह शाबाशी देनी पऊ सरकार नूं कि सरकार ने घट्टो घट्ट शराब वेचण विच तां एक पुख्ता मुस्तैदी दिखाई आ। वह अड गल आ कि लोगों को नशे ते दूर करन दी गल करके सरकार आई आ, पर नशे वेच के ही लोगों को यह एक वधिया सरकार देगी, ये अपने आप दे विच एक बहुत पैराडाइम हैगा। सुखविंदर जी समझ सब ये जे आप देखिए कि जो माफिया की गल होंदी है कि ये शराब का माफिया इदा कंट्रोल आ जाएगा, क्योंकि उन्होंने तो पैर नहीं लगन देने जिन्हों के मूँह खून लग्या होया। पहला देखो तरन तारण वाली घटना ते इन्वेस्टिगेशन आ गई सी पटियाले जिले में बनती शराब के उपर, और जड़ियाँ जायज़ शराबां बनदियां ने घग्गर के किनारे ਜਾਂ ਸਾਡੇ ਪੰਜਾਬ ਦੇ ਜਿਹੜੇ ਪਟਿਆਲੇ ਦੇ ਖਾਸ ਕਰਕੇ ਆ ਸਨੌਰ ਘਨੌਰ ਏਰੀਏ ਹੈਗੇ ਆ, ਇੱਧਰ ਬਹੁਤ ਸ਼ਰਾਬ ਨਿਕਲਦੀ ਹੈ ਇਸ ਤਰ੍ਹਾਂ ਦੀ। ਔਰ ਉਹਦੇ ਵਿੱਚ ਜਿਸ ਤਰੀਕੇ ਨਾਲ ਵੱਡੇ ਕਾਂਗਰਸ ਦੇ ਦੋ MLA ਸਾਹਿਬਾਨ ਦਾ ਨਾਮ ਆਇਆ ਸੀ, ਉਹ ਵੀ ਆਪਣਾ ਜ਼ਿਕਰ ਖਾਸ ਹੈਗਾ, ਕਿਉਂਕਿ ਉਹ ਰਿਪੋਰਟਾਂ ਜਿਹੜੀਆਂ ਤਹਿਕੀਕਾਤ ਹੋਈਆਂ ਵੀਆਂ ਨੇ ਉਹ ਵੀ ਮੁੱਖ ਮੰਤਰੀ ਦੇ ਟੇਬਲ ਤੇ ਪਈਆਂ ਨੇ। ਉਸ ਵੇਲੇ ਦੇ SSP ਨੂੰ ਸਰਦਾਰ ਮਨਦੀਪ ਸਿੰਘ ਸਿੱਧੂ, ਇਸ ਵੇਲੇ ਜ਼ੇਰੇ ਕਾਰਜਕਾਰੀ ਨੇ ਸੰਗਰੂਰ ਵਿੱਚ, ਇਮਾਨਦਾਰ ਅਫਸਰ ਆ, ਉਹਨੇ ਪ੍ਰੋਪਰ ਸਬੂਤ ਦੇਤੇ ਸੀ ਮੁੱਖ ਮੰਤਰੀ ਨੂੰ, ਇਹ ਆਹ ਬੰਦੇ ਨੇ ਤੁਹਾਡੇ ਖੱਬੇ ਖੜਾ ਇੱਕ ਸੱਜੇ ਖੜਾ, ਇਹ ਸ਼ਰਾਬ ਕੱਢ ਰਹੇ ਨੇ। ਉਹ ਕਹਿੰਦੇ ਮਨਦੀਪ ਸਿੰਘ ਸਿੱਧੂ ਨੂੰ ਵਿਜੀਲੈਂਸ ਦੇ ਵਿੱਚ ਲਾ ਦਿਓ। ਉਹ ਫਾਈਲ ਚੱਕ ਕੇ ਟੇਬਲ ਤੋਂ ਪਤਾ ਨਹੀਂ ਕਿੱਥੇ ਗਈ, ਪਰ ਹੁਣ ਤਾਂ ਉਹ ਕੀ ਉਹ ਫਾਈਲ ਆ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ ਹੀ ਲੈ ਗਿਆ ਹੋਊਗਾ, ਇਹ ਵੀ ਹੋ ਸਕਦਾ। ਪਰ ਜੇਕਰ ਮੁੱਖ ਮੰਤਰੀ ਪੰਜਾਬ ਆਪਣੇ ਹੀ ਜ਼ਿਲ੍ਹੇ ਦੇ ਇਸ ਵੇਲੇ ਤੈਨਾਤ SSP ਨੂੰ ਪੁੱਛਣਗੇ ਕਿ ਭਾਈ ਉਹ ਜਿਹੜੀ ਤੇਰੀ ਇਨਵੈਸਟੀਗੇਸ਼ਨ ਸੀ ਮੈਨੂੰ ਦੇ, ਤੇ ਫਿਰ ਉਹ ਗੱਲ ਵੀ ਤਾਂ ਸਾਹਮਣੇ ਆ ਜਾਊਗੀ। ਗੱਲ ਸਰਕਾਰ ਦੀ ਇੱਛਾ ਦੇ ਉੱਪਰ ਨਿਰਭਰ ਕਰਦੀ ਆ। ਜੇ ਪੋਲੀਟੀਕਲ ਇੱਛਾ ਆਮ ਆਦਮੀ ਪਾਰਟੀ ਦੀ ਹੈਗੀ ਆ, ਭਗਵੰਤ ਮਾਨ ਦੀ ਹੈਗੀ ਆ, ਤਾਂ ਸ਼ਰਾਬ ਦੇ ਜਿਹੜੇ ਜਾਲੀ ਸ਼ਰਾਬ ਵੇਚਣ ਵਾਲੇ ਘੱਟੋ ਘੱਟ ਜਿਹਨੂੰ ਪੀ ਕੇ ਲੋਕਾਂ ਦੀ ਜਾਨ ਜਾ ਰਹੀ ਆ, ਉਹਨਾਂ ਨੂੰ ਤਾਂ ਤੁਸੀਂ ਹਾਸ਼ੀਏ 'ਚ ਲੈ ਕੇ ਆਓ, ਸਜ਼ਾਵਾਂ ਦਿਵਾਓ, ਤੇ ਜਿਹੜਾ ਤੁਹਾਡੀ ਪਾਲਿਸੀ ਹੈਗੀ ਆ ਐਕਸਾਈਜ਼ ਪਾਲਿਸੀ ਆ ਉਹਨੂੰ ਵੀ ਰੰਗ ਤਾਂ ਹੀ ਲੱਗਣਗੇ। ਜੇ ਹਰਿਆਣੇ ਤੋਂ ਘਟੀਆ ਸ਼ਰਾਬ ਆ ਕੇ ਪੰਜਾਬ ਦੇ ਵਿੱਚ ਵਿਕਣੀ ਬੰਦ ਹੋਏਗੀ, ਜੇ ਹਰਿਆਣੇ ਤੋਂ ਲੇਬਲਡ ਸ਼ਰਾਬ ਆ ਕੇ ਪੰਜਾਬ ਦੇ ਵਿੱਚ ਵਿਕਣੀ ਬੰਦ ਹੋਏਗੀ, ਚੰਡੀਗੜ੍ਹ ਤੋਂ ਆਉਂਦੀ ਸ਼ਰਾਬ ਪੰਜਾਬ ਦੇ ਵਿੱਚ ਵਿਕਣੀ ਬੰਦ ਹੋਏਗੀ। ਇਹ ਚੀਜ਼ਾਂ ਤਾਂ ਸੀਲ ਤਾਂ ਕਰਨੀਆਂ ਪੈਣਗੇ ਨਾ, ਇਹ ਵੀ ਜਿਹੜੀਆਂ ਸਰਹੱਦਾਂ ਹੈਗੀਆਂ ਨੇ। ਔਰ ਉਹ ਜਿਹੜੇ ਬੰਦੇ ਨਜਾਇਜ਼ ਸ਼ਰਾਬਾਂ ਬਣਾਉਂਦੇ ਰਹੇ ਨੇ ਪਿਛਲੀਆਂ ਸਰਕਾਰਾਂ ਵਿੱਚ, ਪੰਜਾਬ ਸਰਕਾਰ ਪਤਾ ਕੀ ਕਰ ਰਹੀ ਆ, ਇਹ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੇ ਚੱਕਰ 'ਚ ਨੇ ਕਿ ਸਾਡਾ ਨਾਮ ਵੀ ਬਣਿਆ ਰਹੇ ਕਿ ਅਸੀਂ ਬੜੇ ਇਮਾਨਦਾਰ ਸਰਕਾਰ ਚਲਾ ਰਹੇ ਹਾਂ, ਔਰ ਜਿਹੜੇ ਮਤਲਬ ਸ਼ਰਾਬ ਦੇ ਕਾਰੋਬਾਰੀਆਂ ਤੋਂ ਆਪਾਂ ਲੈਣੇ ਹੁੰਦੇ ਨੇ, ਪਾਰਟੀ ਫੰਡ ਲੈਣੇ ਨੇ, ਉਹ ਵੀ ਆਈ ਜਾਣ, ਤੇ ਜਿਹੜੇ ਨਜਾਇਜ਼ ਸ਼ਰਾਬ ਕੱਢਣ ਵਾਲੇ ਨੇ ਉਹ ਵੀ ਟਿਕੇ ਰਹਿਣ। ਹੁਣ ਤੁਸੀਂ ਦੇਖੋ ਵੀ ਇੱਕ ਪਾਸਾ ਤਾਂ ਹੋਣਾ ਪੈਣਾ। ਜੇ ਲੋਕਾਂ ਨੇ 92 ਸੀਟਾਂ ਦਿੱਤੀਆਂ ਨੇ ਔਰ ਜਿਹੜੇ ਲੋਕ ਅੱਜ ਸਾਨੂੰ ਮਾੜਾ ਕਹਿੰਦੇ ਨੇ ਵੀ ਭਗਵੰਤ ਨੂੰ ਕਿਉਂ ਤੁਸੀਂ ਬੋਲਦੇ ਹੋ, ਉਹ ਉਹਨਾਂ ਦੇ ਜਜ਼ਬਾਤ ਦੀ ਅਸੀਂ ਕਦਰ ਕਰਦੇ ਹੋਏ ਗੱਲ ਕਰਦੇ ਹਾਂ ਕਿ ਜੇ ਵਾਕਈ ਇਹ ਸੰਗਰੂਰ ਦੀ ਜਿਹੜੀ ਚੋਣ ਹੈਗੀ ਆ ਇਹ ਤੁਹਾਨੂੰ ਮੁਕਾਬਲਾ ਨਾ ਬਣੇ, ਤਾਂ ਕੰਮ ਉਹ ਜੇ ਕਰੋ ਕਿ ਜਿਹੜੇ ਲੋਕਾਂ ਨੂੰ ਸਹੀ ਲੱਗਣ। ਤੁਸੀਂ ਜਿਹੜੇ ਬਣਦੇ ਸਜ਼ਾਵਾਂ ਹੈਗੀਆਂ ਨੇ ਉਹ ਚੱਕ ਕੇ ਫੜ ਲਓ, ਮਨਦੀਪ ਸਿੱਧੂ ਨੂੰ ਕਹੋ ਵੀ ਉਹ ਆਪਣਾ ਦਵੇ ਫਾਈਲ, ਤੁਸੀਂ ਦੇਖੋ ਕਰੋ ਦੋ ਸਜ਼ਾ। ਧਰਮਸੋਤ ਨੂੰ ਚੱਕਿਆ ਹੋਇਆ, ਸਬੂਤ ਜਿਹੜੇ ਤੁਹਾਡੇ ਕੋਲੇ ਪਏ ਨੇ ਉਹਨਾਂ ਤੇ ਕੰਮ ਕਰੋ, ਦੋ ਸਜ਼ਾ। ਮਤਲਬ ਚੰਨੀ ਵਾਲੇ ਵੀ ਜਿਹੜੇ ਸਬੂਤ ਨੇ ਸਾਹਮਣੇ ਪਏ ਨੇ ਚੱਕੋ ਉਹਨਾਂ ਨੂੰ, ਦੋ ਅਦਾਲਤਾਂ ਵਿੱਚ ਸਾਬਤ ਕਰਨ ਲਈ ਸਬੂਤ ਚਾਹੀਦੇ ਨੇ। ਸਬੂਤ ਤੁਸੀਂ ਪਰਾ ਕਰਦੇ ਨੇ, ਬੰਦੇ ਨੂੰ ਅੰਦਰ ਲਿਆ ਕੇ ਰੱਖਦੇ ਹੋ, 25 ਦਿਨ ਬਾਅਦ ਨਿਕਲ ਜਾਊਗਾ। ਇਹ ਥੋੜ੍ਹੀ ਹੁੰਦਾ ਸਰਕਾਰਾਂ ਚਲਾਉਣੀਆਂ, ਰਵਾਇਤੀ ਕੰਮ ਉਹੀ ਚੱਲੂਗਾ ਜੋ ਅਕਾਲੀ ਕਰਦੇ ਆਏ ਨੇ, ਭਾਜਪਾ ਕਰਕੇ ਲੰਘੀ ਥੋੜਾ ਜਿਹਾ, ਤੇ ਜੋ ਕਾਂਗਰਸ ਕਰਕੇ ਲੰਘੀ, ਕੰਮ ਤਾਂ ਕਰਨਾ ਪਊਗਾ ਜੀ। ਤੁਸੀਂ ਜਿਵੇਂ ਸੰਗਰੂਰ ਵਾਲੀ ਉਪਚੋਣ ਦੀ ਗੱਲ ਕਰ ਰਹੇ ਸੀ, ਉੱਥੇ ਅੱਜ ਦੀ ਘੜੀ ਮੁਕਾਬਲਾ ਕਿਸ ਤਰ੍ਹਾਂ ਦਾ ਦੇਖਿਆ ਜਾ ਰਿਹਾ, ਜਦੋਂ ਅਕਾਲੀ ਦਲ ਦੀ ਇੱਕ ਤਰੀਕੇ ਨਾਲ ਪੰਥਕ ਧਿਰਾਂ ਦੋ ਫਾੜ ਹੋਈਆਂ ਨੇ, ਸਿਮਰਨਜੀਤ ਮਾਨ ਤੇ ਉਧਰ ਰਾਜੋਆਣਾ ਦੀ ਭੈਣ ਨੂੰ ਖੜਾ ਕੀਤਾ ਅਕਾਲੀ ਦਲ ਨੇ, ਤੇ ਇਧਰੋਂ ਆਮ ਆਦਮੀ ਪਾਰਟੀ ਵੱਲੋਂ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਲੋਕਾਂ ਦੀ ਦਿਲਚਸਪੀ ਘਟੀ ਹੈ, ਇਸੇ ਕਰਕੇ ਐਲਾਨ ਤੇ ਐਲਾਨ ਕਰਨੇ ਪੈਣਗੇ। ਦੇਖੋ ਜਿੱਥੇ ਤੱਕ ਤਾਂ ਅਕਾਲੀ ਦਲ ਦੀ ਆ, ਉਹ ਬੜਾ ਮਤਲਬ ਇੱਕ ਮਜ਼ੇਦਾਰ ਕਿੱਸਾ ਹੈਗਾ। ਅਕਾਲੀ ਦਲ ਨੂੰ ਪਹਿਲਾਂ ਪਤਾ ਨਹੀਂ ਕਿਹੜੇ ਗੱਲੋਂ ਅੱਖਾਂ ਮੀਚ ਕੇ ਉਹਨਾਂ ਨੇ ਮਾਨ ਹੋਣਾ ਨੂੰ ਸਪੋਰਟ ਕਰਤੀ, ਫਿਰ ਬਾਅਦ ਸ਼ਾਇਦ ਉਹਨਾਂ ਨੂੰ ਇਹ ਸਮਝ ਆਇਆ ਕਿ ਜੇ ਮਾਨ ਸਾਹਿਬ ਜਿੱਤ ਗਏ ਅਸੀਂ ਸ਼ਰੀਕ ਖੜਾ ਕਰ ਲਾਂਗੇ, ਤੇ ਜੇ ਸ਼ਰੀਕ ਖੜਾ ਹੋਇਆ ਤੇ ਕੱਲ ਨੂੰ ਇਹ ਵਿਧਾਨ ਸਭਾ ਦੇ ਵਿੱਚ ਵੀ ਪਹੁੰਚ ਜਾਣਗੇ। ਜੇ ਇੱਕ ਬੰਦਾ ਪਾਰਲੀਮੈਂਟ 'ਚ ਭਗਵੰਤ ਮਾਨ ਗਿਆ ਸੀ ਤੇ ਮੁੜ ਕੇ ਸਰਕਾਰ ਬਣਾ ਲਈ ਕਿਤੇ ਵੀ ਸਿਮਰਜੀਤ ਸਿੰਘ ਮਾਨ ਚੱਲ ਜੇ, ਤੇ ਕੱਲ ਨੂੰ ਲੋਕ ਕਹਿਣ ਵੀ ਅਕਾਲੀ ਅਜਮਾ ਲਈ, ਭਾਜਪਾ ਅਜਮਾ ਲਈ, ਕਾਂਗਰਸ ਅਜਮਾ ਲਈ, ਤੇ ਆਪ ਤੋਂ ਵੀ ਕੰਮ ਨਹੀਂ ਹੋਇਆ, ਹੁਣ ਮਾਨ ਨੂੰ ਅਜਮਾ ਲਓ, ਸਿਮਰਜੀਤ ਮਾਨ ਨੂੰ। ਤੇ ਉਹ ਡਰਦੇ ਹੋਏ ਕਹਿੰਦੇ ਵੀ ਨਹੀਂ, ਮਾਨ ਤੋਂ ਪਰਾਂ ਰਹੋ। ਇੱਕ ਦੂਸਰੇ ਉਹ ਆਪਣਾ ਭੈਣ ਜੀ ਨੂੰ ਉਹਨਾਂ ਨੇ ਸਪੋਰਟ ਕਰਤੀ, ਜੋ ਆਪਣੇ ਆਪ ਨੂੰ ਬੰਦੀ ਸਿੱਖ ਦੀ ਸਿਸਟਰ ਕਹਿੰਦੀ ਆ, ਪਰ ਜਿੰਨੀ ਜਾਣਕਾਰੀ ਮਿਲਦੀ ਆ ਉਹ ਬੰਦੀ ਸਿੱਖ ਦੀ ਸਿਸਟਰ ਤਾਂ ਨਹੀਂ ਹੈਗੀ, ਪਰ ਮੂੰਹ ਬੋਲੀ ਭੈਣ ਜ਼ਰੂਰ ਹੋ ਗਈ ਆ। ਪਰ ਮੈਂ ਕਹਾਂ ਵੀ ਜੇ ਬੰਦੀ ਸਿੱਖਾਂ ਨੂੰ ਤੁਸੀਂ ਇਸੇ ਆਧਾਰ ਦੇ ਉੱਪਰ ਹੀ ਕੰਮ ਕਰਨੇ ਆ ਵੀ ਬੰਦੀ ਸਿੱਖ ਨੂੰ ਮੂਹਰੇ ਲੈ ਕੇ ਆਉਣਾ, ਫਿਰ ਸਿਮਰਜੀਤ ਸਿੰਘ ਮਾਨ ਤੋਂ ਵੱਡਾ ਬੰਦੀ ਸਿੱਖ ਕੌਣ ਆ? ਇਹਨੇ ਵੀ ਤਾਂ ਬਹੁਤ ਤਸੀਹੇ ਝੱਲੇ ਨੇ, IPS ਦੀ ਨੌਕਰੀ ਵੀ ਛੱਡੀ, ਤਸੀਹੇ ਵੀ ਝੱਲੇ, ਉਹ 9 ਤੋਂ 9 ਛਿੱਲੇ ਗਏ ਨੇ, ਤੇ ਇੰਨਾ ਤਸੀਹਾ ਝੱਲਿਆ ਨੇ ਕਿ ਮਤਲਬ ਸਭ ਕੁਝ ਬੰਦ ਹੋ ਗਿਆ ਸੀ। ਸੋ ਇਹਦੇ ਤਸੀਹੇ ਤਾਂ ਬਹੁਤ ਵੱਡੀ ਗੱਲ ਆ। ਦੂਸਰੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਪਿਛਲੇ 3 ਮਹੀਨਿਆਂ ਵਿੱਚ ਆਮ ਆਦਮੀ ਸਰਕਾਰ ਦੇ ਮੰਤਰੀ MLA ਵਿਚਰੇ ਨੇ, ਲੋਕਾਂ ਦਾ ਉਤਸ਼ਾਹ ਘਟ ਗਿਆ। लोग यह भी हो सकता कि जिहड़ी वोट परसेंटेज होवे संगरूर सीट विच घट जावे। उहदा कारण गर्मी नहीं होएगी, उहदा कारण लोगों का उत्साह घट गया, उन्हां दा विश्वास घटदा जा रहा लोकतंत्र दे इस तरीके तो कि यार 92 सीटां दे लिया ते MLA बना ले ते हुण साडे फोन चक्करों भी गए, उन्हां दे PA भी साडे फोन चक्करों गए, मंत्रियों ने तो अपने नंबर ही बदल ले ने, उन्हां दे PA दे भी फोन बंद हुंदे ने। और जे कोई मंत्री भ्रष्टाचार करता हैगा ਉਹ सरकार कम करती आ पर ਉਹਦੇ ਤੇ ਕਿੰਨਾ ਕੁ ਕੰਮ हो रहा, ਉਹਦੇ ਨਾਲ ਲੋਕਾਂ ਦੇ ਮਸਲੇ ਕਿੰਨੇ ਕੁ ਹੱਲ ਹੋ ਰਹੇ ਨੇ, ਜਿਹੜੀਆਂ ਲੋਕਾਂ ਦੀਆਂ ਅਰਜ਼ੀਆਂ ਨੇ, ਸੁਵਿਧਾਵਾਂ ਸੈਂਟਰ ਦੇ ਵਿੱਚ ਲੋਕ ਰੁਲ ਰਹੇ ਨੇ। ਸਾਡੇ ਪੰਜਾਬ ਦੇ ਵਿੱਚ ਕਿੰਨੇ ਕੁ ਸੁਵਿਧਾ ਸੈਂਟਰ ਨੇ, ਤੁਸੀਂ ਉਹਦੇ ਵਿੱਚ ਪਹਿਲਾਂ ਜਿੰਨੀਆਂ ਸਰਵਿਸ ਚੱਲਦੀਆਂ ਸੀ 50-60 ਹੋਰ ਜੋੜਤੀਆਂ, ਬੰਦੇ ਉਹੀ ਨੇ, ਮਤਲਬ ਭੀੜ ਪਹਿਲਾਂ ਜੇ 20 ਦੀ ਸੀ ਹੁਣ 50 ਦੀ ਹੋ ਜੇ, ਤੇ ਬੰਦੇ ਪਹਿਲਾਂ ਦੋ ਕੰਮ ਕਰਦੇ ਸੀ ਹੁਣ ਵੀ ਦੋ ਹੀ ਕਰਨਗੇ। ਇਹ ਸਰਕਾਰ ਇਸ ਤਰ੍ਹਾਂ ਦੇ ਤਾਂ ਫੈਸਲੇ ਲੈ ਰਹੀ ਆ। ਚਾਹੀਦਾ ਤਾਂ ਇਹ ਸੀ कि यार जिन्ने सुविधा सेंटर खुले हुए ने इस तो 3 गुणा 4 गुणा 5 गुणा सुविधा सेंटर ही खोल लिए, ताकि असीं जिहड़ियां सुविधावां देणियां ने ओह होर वधा दईए। सरकार दे फैसलियां ने लोकां नूं डील करन दे तरीकिਆਂ ने लोकां दा उत्साह घटाता, लोकां दा विश्वास घटाता। MLA किसी पुलिस वाले नूं फोन नहीं कर सकदे कि आह बंदा गलत आ ठीक आ, ओह एक चंगी पिरत हैगी आ। लोकतंत्र दे विच पुलिस नूं इंडिपेंडेंटली काम करन देना चाहीदा, पर पुलिस काम कित्थे कर रही है? पुलिस तां होर कुछ ही करी जा रही है। अज पुलिस नूं जे सब अपना इहने देता पूरा, मैं कहांगा कि पुलिस नूं बिल्कुल इंडिपेंडेंट अधिकार मिले हुए हैं, पर उन्हां दे इंडिपेंडेंट अधिकार मिलण तों बाद पंजाब दे हालात की ने। इहदा मतलब कि पॉलिटिशियंस तो पुलिस नूं वख करना भी कोई बहुत फायदे वाली गल नहीं है। जिस तरीके नाल असीं गल कर चुके हां कि ईमानदार बंदिआं दे सियासत विच आ जाण नाल ईमानदारी नहीं आउंदी, ਉਹ ਅਸੀਂ ਪ੍ਰਗਟ ਸਿੰਘ ਦੇ ਵੀ ਆ ਕੇ ਦੇਖ ਲਿਆ। ਪਿਛਲੀ ਵਾਰ ਪ੍ਰਗਟ ਸਿੰਘ ਨੇ ਮੰਤਰੀ ਬਣ ਕੇ ਕੀ ਕਰ ਲਿਆ, ਉਹ ਤਾਂ ਜਿਹੜੇ IAS ਅਫਸਰ ਸੀ ਉਹ ਤਾਂ ਸਾਰਾ ਕੁਝ ਗੜਬੜ ਕਰਕੇ ਨਾ। ਸੋ ਗੱਲ ਹੈ ਕਿ ਲੋਕਾਂ ਦਾ ਉਤਸ਼ਾਹ ਘਟਿਆ ਹੋਇਆ। ਸੰਗਰੂਰ ਸੀਟ ਦੇ ਉੱਤੋਂ ਜਿਹੜੀ ਸੰਗਰੂਰ ਆਪਣੇ ਵਿਧਾਨ ਸਭਾ ਸੀਟ ਤੋਂ ਬੀਬੀ ਭਰਾਜ ਹੈਗੀ ਆ, ਉਹਦਾ ਹੱਥ ਫੜ ਕੇ ਜਿਹੜਾ ਚੱਲਦਾ ਬੰਦਾ ਸਿਆਸਤ ਸਿੱਖਿਆ ਉਹਨੂੰ ਤੁਸੀਂ MP ਦੀ ਟਿਕਟ ਦੇਤੀ। ਘਰਾਚੋ ਪਿੰਡ ਚੋਂ ਹੀ 2 ਬੰਦੇ OSD ਲੱਗੇ ਹੋਏ ਨੇ, ਘਰਾਚੋ ਪਿੰਡ ਚੋਂ ਹੀ ਬੰਦੇ ਨੂੰ ਤੁਸੀਂ ਆਪਣਾ ਉਹ MP ਦੀ ਟਿਕਟ ਦੇਤੀ ਹੈਗੀ ਆ। और उत्तों लोगों का उत्साह नहीं हैगा, ये अपने आप दे विच बड़ी चिंता की गल हैगी, क्योंकि लोगों का उत्साह घट जाना किसी भी लोकतंत्र दे सिस्टम दे विचों वो अपने आप दे विच इक माड़ी निशानी हैगी आ, और इस दे उपर सरकार नूं काम करना पएगा। सुखविंदर जी जी बिल्कुल, मैं समझ साहब जे चंडीगढ़ वाले पासे नूं जाइए तां उत्थे पंजाब यूनीवर्सिटी दा रौला मुक्कण दा नां नहीं लै रहा। ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਦੇ ਤੋਂ ਬਾਅਦ ਉਧਰੋਂ ਧਿਆਨ ਜਾਂ ਹਟਦਾ ਨਜ਼ਰ ਆਇਆ, ਪਰ ਇੱਕ ਵਾਰ ਫੇਰ ਤੋਂ ਉੱਥੇ ਡਾਂਗ ਸੋਟਾ ਖੜਕਿਆ। ਉੱਥੇ ਜਿਹੜੇ ਜਥੇਬੰਦੀਆਂ ਦੇ ਵਿਦਿਆਰਥੀ ਗਏ ਜਾ ਕੇ ਉੱਥੇ ਉਹਨਾਂ ਤੇ ਪੁਲਿਸ ਤੇ ਉਹਨਾਂ ਦੇ ਵਿਚਾਲੇ ਧੱਕਾ ਮੁੱਕੀ ਹੋਈ ਆ। ਇਹ ਮਸਲੇ ਤੇ ਪੰਜਾਬ ਸਰਕਾਰ ਕੋਈ ਸਟੈਂਡ ਲੈਂਦੀ ਨਜ਼ਰ ਨਹੀਂ ਆ ਰਹੀ। ਪੰਜਾਬ ਸਰਕਾਰ ਦੇ ਹਾਲਾਤ ਬਹੁਤ ਜ਼ਿਆਦਾ ਉਲਝੇ ਹੋਏ ਨੇ, ਜਿਵੇਂ ਅਭਿਮਨਿਊ ਚੱਕਰ ਵੀ ਉਹਦੇ ਵਿੱਚ ਵੜਤਾ ਗਿਆ ਸੀਗਾ ਲੜਾਈ ਦੇ ਵਿੱਚ ਮਹਾਭਾਰਤ ਦੇ ਵਿੱਚ, पर उन्होंने बाहर निकलना नहीं आया। उस तरीके आम आदमी पार्टी की सरकार अपने दिल्ली मॉडल में लैके पंजाब नामी चक्कर भी उहदे वड़ता गई, पर उन्होंने हुण निकलना नहीं आ रहा, क्योंकि दिल्ली अद्धी स्टेट आ और दिल्ली मुल्क की राजधानी आ और लैंडलॉक्ड स्टेट हैगी आ। पंजाब का बार्डर लगता हैगा पाकिस्तान नाल, पंजाब दे विच इंटरनेशनल एजेंसीज IB रॉ BSF CRPF ਸਾਰਿਆਂ ਦੇ ਹਮੇਸ਼ਾ ਪੈਰ ਉਨੇ ਹੀ ਸਖਤ ਰਹਿੰਦੇ ਨੇ, ਪੰਜਾਬ ਪੁਲਿਸ ਵੀ ਹੈਗੀ ਆ। ਸੋ ਸਰਕਾਰ ਨੂੰ ਹਲੇ 3 ਮਹੀਨੇ ਹੋਏ ਨੇ, ਨਵੀਂ ਸਰਕਾਰ ਆ, ਪਹਿਲੀ ਵਾਰ ਸਰਕਾਰ ਬਣੀ ਆ, ਔਰ ਕੇਜਰੀਵਾਲ ਦਾ ਤਜਰਬਾ ਵੀ ਇੱਥੇ ਫੇਲ ਆ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਦੁਸ਼ਵਾਰੀਆਂ ਨੇ, ਖੇਤੀਬਾੜੀ ਦੀਆਂ ਪ੍ਰੋਬਲਮਸ ਨੇ, ਸਮਾਜਿਕ ਪ੍ਰੋਬਲਮਸ ਨੇ, ਉਹ ਪ੍ਰੋਬਲਮਸ ਦਿੱਲੀ ਵਿੱਚ ਉਹਨਾਂ ਨੇ ਨਹੀਂ ਨਜਿੱਠੀਆਂ। ਦਿੱਲੀ ਵਿੱਚ ਤਾਂ ਉਹਨਾਂ ਨੇ ਆਡ ਈਵਨ ਕੀਤਾ, ਉਹਦਾ ਤਾਂ ਰੌਲਾ ਗਿਆ ਆਡ ਈਵਨ, ਤੇ ਪੰਜਾਬ ਦੇ ਵਿੱਚ ਆਡ ਈਵਨ ਨਹੀਂ ਹੈਗਾ। ਪੰਜਾਬ ਦੇ ਵਿੱਚ अपना सुसाइड्स ने, पंजाब दे विच MSPs ने, पंजाब दे विच करजा खड़ा अतवाद नाल लड़न दा, ते उस तों बाद जिहड़े अपने करप्ट पॉलिटिशियंस ने उन्हां ने करजे नूं वधाई गए। सो पंजाब दीआं प्रॉब्लम्स नूं दिल्ली मॉडल दे नाल हल नहीं कीता जा सकदा। जे पंजाब नूं हल करना पऊ तां पंजाब दे विरसे नूं, पंजाब दे सभ्याचार नूं, पंजाब दे पुराने इतिहास नूं पढ़ के इत्थों दीआं मुश्किलां नूं समझ के काम करना पैना। चंडीगढ़ दी जिहड़ी यूनीवर्सिटी आ उहदा जिहड़ा अख्तियार आ, उहदे पिछे लड़ाई चलदी आ। केंद्र नूं सेंट्रल यूनीवर्सिटी बनाउणा चाहुंदी आ, पंजाब सरकार तो पैसे नहीं दे हो पा रहे कि यूनिवर्सिटी चलाया जाए। फंड केंद्र कहते असं फंड दे सकते हैं। लड़ाई तो अप एंड ऑफ द डे पॉलिटिक्स की आ, क्योंकि भाजपा को लगता कि असी पंजाब दे राज करना, तो जे राज करना तो किस तरीके नाल करना। पर मैं एक गल दे नाल नाल एक गल होर कहना चाहूँगा कि एक अंतरराष्ट्रीय यूनिवर्सिटियां का सर्वे आया है जिहदे विच यही मानयोग पंजाब यूनिवर्सिटी का नंबर भी लग्या होया और 1400 यूनिवर्सिटियां सी आलमी पद्धर के उपर जिन्हां दे सारे रैंक निकले। हुण तुसीं हैरान होवोगे कि जिहड़ी कड़ुआ चलती है चंडीगढ़ यूनिवर्सिटी चंडीगढ़, जिहड़ी अपनी आ चलती है तुहाडे थापर यूनिवर्सिटी पटियाला जी, यह जां जिहड़ी तुहाडी करनाल अपने उत्थे यूनिवर्सिटियां चलदियां ने उन्हां दे तां नंबर बहुत उपर आए ने। लेकिन जिहड़ी साडी पंजाब यूनिवर्सिटी चंडीगढ़ आ, बहुत दुख नाल कहना पै रहा, वो फाडी आई जी। फाडिया के घैंट यूनिवर्सिटी ने फाडी यूनिवर्सिटी बैक वेंचर उन्होंने एक गिनी गई आ। और वो कारण उन्होंने दसे ने कि माड़े मास्टर, माड़ी विद्या, माड़ा रिसर्च और माड़ा मतलब चंगा तो कुछ लिखे नहीं होया। ये करके वो पिछलियां जी गिनती दी होंदियां ने 5-10 यूनिवर्सिटियां फाडी उन्होंने च नाम रखा वे। तो यही जी यूनिवर्सिटी पिछे असीं लड़ते फिर रहे हैं केंद्र नाल ते केंद्र लड़ती फिरती है पंजाब दे नाल। साफ पता लग रहा कि पॉलिटिक्स आ और कुछ नहीं है। सुखविंदर जी धन्यवाद, समद साहब बहुत बहुत शुक्रिया। सुखविंदर जी